ਗੱਡੀ ਹੈਗੀ ਆ ਜਿਹੜੇ ਰਾਣਾ ਸਾਹਿਬ ਈਸਰ ਮਾਰ ਰਹਾ ਸੀ ਨਾ ਹਾਂਜੀ ਹਾਂਜੀ ਉਹਨਾਂ ਦੀ ਗੱਡੀ ਹੈ ਅੱਛਾ ਜੀ ਉਹਨਾਂ ਦੀ ਕਾਰ ਆ ਠੀਕ ਆ ਜੀ ਕੀ ਬਾਤ ਆ ਬਈ ਇਹ ਇੰਨਾ ਸਿਰਫ ਇੰਨਾ ਮਰੂਤੀਆਂ ਚ ਆਇਆ ਜੀ ਕਰਨੇ ਵਾਲੀ ਆ ਹਜੇ ਟਾਈਮ ਟੂਮ ਨਹੀਂ ਲੱਗਦਾ ਲਾਈਟਾਂ ਵਾਕਈ ਬਹੁਤ ਸੋਹਣੀਆਂ ਬਈ ਇੰਜਨ ਪੂਰੀਆਂ ਓਕੇ ਕੀ ਬਾਤ ਆ ਬਈ ਬਹੁਤ ਜ਼ਿਆਦਾ ਸੋਹਣੀ दो तीन कारा च बाइको नेड़े खड़िया डिटेल शेयर करते हैं बई आओ जी बच की हाल है जी ठीक हो हाँ जी हाँ ठीक ठाक बई कारा की कलैक्शन थोड़ी बहुत सोहनी है हाँ जी हाँ जी ते आपां एक एक करके दिखाने पहला ये वाली कारा बारे गल करते हैं ठीक है जी ते केड़ी तो बई शुरू करोगे जी तू मर्जी कर लो ये कर लो लो बई पहला आपां मरुति वाल चलते हैं वड्डी कारा वाल फिर आने थोड़ी बारे आ जाओ केड़ा बई मॉडल आ ये तुसी कदों लई केड़ा इंजन उंजन रख्या होया इहदे विच 84 मॉडल आ ठीक है जी ਠੀਕ ਆ ਬਈ ਪੇਂਟ ਓਰੀਜਨਲ ਹੀ ਆ ਹਨਾ ਇਹਦਾ ਹਾਂਜੀ ਆ ਓਰੀਜਨਲ ਪੇਂਟ ਆ ਬਸ ਰਿਮ ਤੁਸੀਂ ਚੇਂਜ ਕਰਦੇ ਹਾਂਜੀ ਹਾਂਜੀ ਠੀਕ ਆ ਜੀ ਬਈ ਇਹਦੀ ਮਾਰੂ ਦਾ ਸੈਲਫ ਦੇਖੀਏ ਇਹਦੇ ਐਗਜ਼ੌਸਟ ਵੀ ਕੀਤਾ ਹੋਇਆ ਤੁਸੀਂ ਚੇਂਜ ਪੂਰੀ ਯਾਰ ਘੈਂਟ ਆ ਬਣਾ ਲਾ ਹਾਂਜੀ ਤੇ ਉਹ ਤਾਂ ਬਈ ਅੱਗੇ बहुत सोहनी बई बहुत सोहनी एक ना स्पेशल फीचर होंदा सी बई शीशा है ता उदा ही खुलदा हां शीशा भी खुलदा दिखाओ ता वो भी फीचर क्या बात है बई ए इतना सिर्फ इतना मरुतियां च आया जी करने वाली है हजे टाइम टूम नहीं लगदा हां जी बिल्कुल बई बहुत सोहना बई बहुत सोहनी शीशा ते होर कोई फीचर जी एदा इंजन स्पेक्स दा ओवें ही आ इंजन एदा सेम ओवें ही आ ਇੱਕ ਟਾਈਮ ਪੀਸ ਆ ਇਹਦੇ ਵਿੱਚ ਲੱਗਿਆ ਇੱਕ ਏਸੀ ਵਾਲੀ ਆਉਂਦੀ ਸੀ ਉਹਦੀ ਕੀਮਤ ਜ਼ਿਆਦਾ ਹੁੰਦੀ ਸੀ 9000 ਰੁਪਿਆ ਅੱਛਾ ਜੀ ਟਾਈਮ ਪੀਸ ਵਾਲਾ ਇਹ ਮਤਲਬ ਅਫੀਸ਼ੀਅਲ ਮਾਡਲ ਕੰਪਨੀ ਵੱਲੋਂ ਆਇਆ ਨਾ ਟਾਈਮ ਪੀਸ ਇਹਦੇ ਵਿੱਚ ਠੀਕ ਆ ਜੀ ਫੇਰ ਬਾਈ ਫੀਟ ਤੇ ਆਉਨੇ ਆ ਤੁਹਾਡੀ ਤੇ ਫੀਟ ਫੀਟ ਇਹਨੇ ਤਾਂ ਥੋੜੇ ਦਿਨ ਹੋਏ ਲਿਆਂਦੀ ਨੂੰ ਜੀ ਅੱਛਾ ਇਹ ਨਵੀਂ ਹੋਈ ਆ ਹਜੇ ਇਹ ਨਵੀਂ ਹੋਈ ਆ ਕੀ ਬਾਤ ਆ ਬਾਈ ਇਹ ਇਹਦੇ ਕੋਈ ਕਿਸ ਇਹ ਡੀਜ਼ਲ ਆ ਇਹ ਓਰੀਜਨਲ ਡੀਜ਼ਲ ਆਈ ਸੀ ਬਹੁਤ ਲਿਮਟਿਡ ਐਡੀਸ਼ਨ ਆ ਇਹ ਨਹੀਂ ਤਾਂ ਪੈਟਰੋਲ ਦੇ ਵਿੱਚ ਆਈਆਂ ਸੀਗੀਆਂ ਇਹ ਠੀਕ ਆ ਜੀ ਇਹ ਡੀਜ਼ਲ ਦੇ ਵਿੱਚ ਗੱਡੀ ਇਹ 30 ਦੀ ਐਵਰੇਜ ਆ 30 ਦੀ ਅੱਛਾ ਜੀ ਕੀ ਬਾਤ ਆ ਬਾਈ ਪੂਰੀ ਓਰੀਜਨਲ ਆ ਇਹਦੀ ਸਸਪੈਂਸ਼ਨ ਪੂਰੀਆਂ ਓਕੇ ਕੀ ਬਾਤ ਆ ਬਾਈ ਬਹੁਤ ਜ਼ਿਆਦਾ ਸੋਹਣੀ ਸਸਪੈਂਸ਼ਨਾਂ ਤੋਂ ਹੀ ਤੁਸੀਂ ਜ਼ਿਆਦਾ ਮੈਨੂੰ ਲੱਗਦਾ ਜੱਜ ਕਰਦੇ ਹੋ ਕਾਰਾਂ ਵੀ ਕਿੰਨੀ ਨਵੀਂ ਹੈ ਨਾ ਪੁਰਾਣੀ ਵਿੱਚੋਂ ਦੇਖ ਲਓ ਵਿੱਚੋਂ ਵੀ ਸਾਰੀ ਓਰੀਜਨਲ ਆ ਹਾਂਜੀ ਹਾਂਜੀ ਸੀਟਾਂ ਤੇ ਸਾਰਾ ਕੁਝ ਓਰੀਜਨਲ ਆ ਇਹਦੇ ਵਿੱਚ ਕਲੌਕ ਦਿੱਤਾ ਹੋਇਆ ਮੀਟਰ ਦੇ ਵਿੱਚ ਇਹ ਪਹਿਲੀ ਗੱਡੀ ਹੈ ਜਿਹਦੇ ਵਿੱਚ ਕਲੌਕ ਆਇਆ ਹੋਇਆ मीटर भी नाल दा भाई मीटर वगैरह सब कुछ नाल दा चली इन्नी है जानी ये इन्नी चली है 86000 किलोमीटर क्या बात है भाई आ स्टीयरिंग वगैरह सारा कुछ ना पाल दा ही नाल दा ऊपर छत वगैरह भी सब कुछ ओरिजिनल है ठीक है भाई ये सीट कवर भी उदो दे होने मिलला दा कुछ नहीं बदलया हैगा सब कितना कितना मॉडल है भाई ये है कि 94 मॉडल है 94 जी ठीक है जी भाई ये लॉक एंड सेटिंग कितो कराई थी अच्छा जी सेंटर चला के हाँ जी ठीक है जी बहुत खूब बई
ਇਹਨੂੰ ਤਾਂ ਤੁਸੀਂ ਦੱਸਿਆ 2-3 ਮਹੀਨੇ ਹੋਏ ਲਈ ਨੂੰ ਹਾਂ ਥੋੜਾ ਟਾਈਮ ਹੋਇਆ ਹੈ ਜੀ ਵੈਕਸ ਹੋਰ ਬਾਹਰ ਖੜੀ ਕੀਤਾ ਅੱਛਾ ਜੀ ਚਲੋ ਬਹੁਤ ਵਧੀਆ ਬਾਈ ਤੇ ਹੁਣ ਇਹਦੇ ਤੇ ਆਉਨੇ ਆ ਬਾਈ ਕੰਟੈਸਾ ਤੇ ਇਹ ਕੰਟੈਸਾ ਬਾਈ ਕੀ ਬਾਤ ਆ ਬਾਈ ਇਹ ਤਾਂ ਸਭ ਦੀ ਪਸੰਦੀਦਾ ਕਾਰ ਹੀ ਆ ਹਾਂ ਜੀ ਹਾਂ ਇਹ ਤੁਹਾਡੇ ਕੋਲ ਹੋਰ ਵੀ ਆ ਮੈਂ ਲਾਦਾ ਦੱਸਿਆ ਸੇਲ ਕੀਤੀ ਸੀ ਅੱਛਾ ਜੀ ਸਮਰਾਲੇ ਖੜੀ ਆ ਬਾਈ ਕੋਲ ਨਹੀਂ ਕੰਟੈਸਾ ਤੁਸੀਂ ਕਹਿੰਦੇ ਜਿਹੜੀ ਗਾਣੇ ਚ ਆਈ ਸੀਗੀ ਇਹ ਕੰਟੈਸਾ ਉਹੀ ਆ ਬਾਈ ਇਹ ਉਹੀ ਆ ਜੀ ਹਾਂ ਜੀ ਹਾਂ ਕਿਹੜੇ ਗਾਣੇ ਚ ਬਾਈ ਆਈ ਇਹ ਓਲਡ ਸਕੂਲ ਦਾ ਮੂਸੇ ਦਾ ਗਾਣਾ ਸੀ ਉਹਦੇ ਵਿੱਚ ਆਈ ਸੀਗੀ ਠੀਕ ਆ ਜੀ ਹਾਂ ਜੀ ਕਾਫੀ ਗਾਣੇ ਨੇ ਹੁਣ ਐਡ ਤੇ ਵੀ ਆਏ ਨਹੀਂ ਹੈਗੇ ਹਜੇ ਅੱਛਾ ਅੱਛਾ ਜੀ ਉਹਨਾਂ ਚ ਆਈ ਹੋਈ ਆ ਕਾਰ ਇਹ ਠੀਕ ਆ ਜੀ ਬਾਈ ਕਿੰਨਾ ਮਾਡਲ ਆ ਜੀ ਇਹ ਬਾਈ 94 ਮਾਡਲ ਆ ਇਹਦਾ ਸਸਪੈਂਸ਼ਨ ਬੜੀ ਲੱਗਦੀ ਹੈ ਸਸਪੈਂਸ਼ਨਾਂ ਬਾਈ ਵਾਕਈ ਤੁਸੀਂ ਬਹੁਤ ਜ਼ਿਆਦਾ ਰੱਖੀ ਇਹ ਸਟਾਕ ਹੀ ਆ ਬਾਈ ਕਿ ਤੁਸੀਂ ਇਹ ਬਾਹਰੋਂ ਮੰਗਾਇਆ ਹੈ ਤੁਸੀਂ ਕਹਿੰਦੇ ਸੀਗੇ ਸਟਾਕ ਹੀ ਆ ਬਰੇ ਸਟਾਕ ਹੈ ਓਕੇ ਜੀ ਇਹ ਗੱਡੀ ਹੈਗੀ ਆ ਜਿਹੜਾ ਰਾਣਾ ਸਾਹਿਬ ਈਸਰ ਮਾਰਾ ਸੀ ਨਾ ਹਾਂਜੀ ਹਾਂਜੀ ਉਹਨਾਂ ਦੀ ਗੱਡੀ ਹੈ ਅੱਛਾ ਜੀ ਉਹਨਾਂ ਦੀ ਕਾਰ ਆ ਠੀਕ ਹੈ ਜੀ ਨਹੀਂ ਬਹੁਤ ਖੂਬ ਬਾਈ ਬਹੁਤ ਖੂਬ ਇੱਕ ਤੁਸੀਂ ਲਾਈਟਾਂ ਬਾਰੇ ਦੱਸ ਰਹੇ ਸੀਗੇ ਬਾਈ ਹਾਂ ਬਾਈ ਜੀ ਦੀ ਓਰੀਜਨ ਚੈਲੰਜਰ ਦੀਆਂ ਲਾਈਟਾਂ ਨੇ ਇਹ ਇੰਗਲੈਂਡ ਦੇ ਵਿੱਚੋਂ ਮੇਰੇ ਫਰੈਂਡ ਨੇ ਭੇਜੀਆਂ ਨੇ ਕਿਸੇ ਨੇ ਅੱਛਾ ਜੀ ਇਹ ਇਹਦੀਆਂ ਕਾਪੀ ਵੀ ਮਿਲ ਜਾਣਗੀਆਂ ਤੇ ਤੇਰੀ ਬੈਜਿੰਗ ਵਗੈਰਾ ਜਿਹੜੀ ਉਹ ਸਾਰੀ ਚੈਲੰਜਰ ਦੀ ਹੋਈ ਹੋਈ ਆ ਕੰਪਨੀ ਦੀ ਮਤਲਬ ਇਹਨਾਂ ਪਿੱਛੇ ਲਿਖਿਆ ਹੋਇਆ ਵਾ ਹਾਂ ਜੀ 20000 ਦੀਆਂ ਲਾਈਟਾਂ ਨੇ ਕੀ ਬਾਤ ਆ ਬਾਈ ਇਹਦੇ ਇੰਜਨ ਸਪੈਕਸ ਦੀ ਬਾਈ ਜੈਨੂਇਨ ਹੀ ਆ ਤੁਸੀਂ ਚੇਂਜ ਕੀਤਾ ਜੀ ਇੰਜਨ ਓਰੀਜਨਲ ਇੰਜਨ ਆ ਇਸੂਯੂ ਦਾ ਟਰਬੋ ਇੰਜਨ ਆ ਠੀਕ ਆ ਜੀ ਡੀਜ਼ਲ ਗੱਡੀ ਆ ਬਹੁਤ ਵਧੀਆ ਬਾਈ ਸ਼ੂਟਿੰਗ ਲਈ ਵੀ ਕਾਫੀ ਦੇ ਦਿੰਦੇ ਨੇ ਸ਼ੂਟਿੰਗ ਲਈ ਤੁਸੀਂ ਹਾਂ ਜੀ ਹਾਂ ਸ਼ੂਟਿੰਗ ਲਈ ਬਾਤ ਜੇ ਕਿਸੇ ਨੂੰ ਚਾਹੀਦੀ ਆ ਵੀਰ ਭਾਈ ਨੂੰ ਵੀ ਦੱਸ ਦਿਓ ਠੀਕ ਆ ਜੀ ਇੰਜਨ ਦਿਖਾਓ ਬਾਈ ਹੁਣ ਇਹਦਾ ਖੋਲ ਕੇ ਫਿਰ ਕਿਆ ਬਾਤ ਆ ਬਾਈ ਬਹੁਤ ਜ਼ਿਆਦਾ ਦਸ ਸਫਾਈ ਤੁਹਾਡੀ ਬਾਹਰੋਂ ਜ਼ਿਆਦਾ ਵਿੱਚ ਆ ਜੀ ਇਹ ਓਰੀਜਨਲ ਹੀ ਆ ਇੰਜਨ ਬਾਈ ਕਿੰਨਾ ਬਾਈ ਇਹ 1.8 ਆ ਜੀ ਨਹੀਂ ਨਹੀਂ 2.0 ਆ ਠੀਕ ਆ ਜੀ ਨਹੀਂ ਸੀ ਇਸ ਵਜੂ ਦਾ ਹਨਾ ਹਾਂ ਜੀ ਹਾਂ ਜੀ ਠੀਕ ਆ ਜੀ ਇਹ ਵੀ ਓਰੀਜਨਲ ਇੰਜਨ ਆ ਇਹ ਵੀ ਵੀਰੇ ਖੁੱਲਿਆ ਨਹੀਂ ਹੈਗਾ ਅੱਜ ਤੱਕ ਅੱਛਾ ਜੀ ਓਰੀਜਨਲ ਹੀ ਆ ਠੀਕ ਆ ਜੀ ਲੀਕਿੰਗ ਹੁੰਦੀ ਹੈ ਜੀ ਉਹ ਮੈਂ ਖਲਾਇਆ ਨਹੀਂ ਹੈਗਾ ਵੀ ਕੋਈ ਗੱਲ ਨਹੀਂ ਥੋੜੀ ਬਹੁਤੀ ਨਹੀਂ ਨਹੀਂ ਬਹੁਤ ਚੰਗੀ ਗੱਲ ਆ ਬਾਈ ਜੇ ਖੁੱਲ ਗਿਆ ਫਿਰ ਗੱਲ ਨਹੀਂ ਹੋਣੀ ਹਾਂਜੀ 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 ਬਿਲਕੁਲ ਬਾਈ ਇੱਕ ਬਾਈ ਹੁਣ ਇਹਦੀ ਆਵਾਜ਼ ਸੁਣੀ ਹੈ ਜਿਹੜੀ ਤੁਸੀਂ ਇਹ ਗ੍ਰੌਸ ਨੂੰ ਕੀਤਾ ਤੁਸੀਂ ਕੁਝ ਕੀ ਵੀ ਸਟਾਕ ਹੀ ਆ ਜੀ ਓਰੀਜਨਲ ਹੀ ਆ ਜੀ ਕੁਝ ਨਹੀਂ ਕੀਤਾ ਹੈਗਾ ਅੱਛਾ ਜੀ ਗ੍ਰੌਸ ਮੈਂ ਸਟਾਰਟ ਕਰਕੇ ਦੇਖ ਚੱਕੇ ਹੋ ਕੇ ਘੁੰਮਾਉਂਦਾ ਹਾਂਜੀ 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 ਵਾਕਈ ਬਹੁਤ ਸੋਹਣੀਆਂ ਬਾਈ ਤੇ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਮਿਲ ਕੇ ਠੀਕ ਆ ਜੀ ਮਿਲਦੇ ਆਪਾਂ ਅਗਲੀ ਵਾਰੀ ਠੀਕ ਆ ਜੀ ਥੈਂਕ ਯੂ ਸੋ ਮਚ ਜੀ